ਮੇਰੇ ਨਾਲ ਵਰਕਰਾਂ ਦਾ ਕੀਤਾ ਸੀ ਉਹ ਇੰਨਾ ਵਧੀਆ ਕੀਤਾ ਜੋ ਮੈਨੂੰ ਲੱਗਾ ਪਤਾ ਵਰਕਰਾਂ ਕੋਲੋਂ ਸੀ ਉਹ ਲੋਕ ਚਲੇ ਗਏ ਜਿਸ ਤਰ੍ਹਾਂ कालिया जी सबका मंत्री सबका MLA श्री भंडारी जी अति सारे पार्टी के भारतीय जनता पार्टी के वर्कर साहबान अज प्रेस कॉन्फ्रेंस मेरा ख्याल है कि महेंद्र जी दे पता लग गया कि आप पार्टी से चले जाने नाल बुलाई गई है। मेरे को सवेरे भी कालिया जी भंडारी जी आए सी तो गलबात हुई थी और इन्होंने कहा कि प्रेस कॉन्फ्रेंस बुलाने वास्ते मैं कहा बेशक बुला लो मैं तां भारतीय जनता पार्टी के जी सियासत है ये भारतीय जनता पार्टी ने शुरू की और किसी होर पार्टी नाल दुआ सलाम भी नहीं की थी। सारी जिंदगी इधर लाई महेंद्र पाल मेरा बेटा बड़ा वफादार है मेरी बड़ी सेवा करता है ईवन इथों तक कि मैनू हो गया सी करोना करोना वाले बंदे को खलोंदा कोई नहीं लेकिन जब मैं बीमार पैना वा मेरे को हो ही हुंदा लेकिन पता नहीं कि उसनू की वर्क लाया की उसनू क्या किस तरह कीता वो पार्टी का बड़ा वफादार सी उन्हें बड़ी मेहनत कर रहा सी हुणे चार दिन होए ने उन्हें एक बूथ सम्मेलन वर्करां दा कीता सी वो इन्ना वधिया कीता जो मैनूं लग्या पता वर्करां कोलों कि बड़ा वधिया उहदे बाद मीटिंग कीती करदा रहा हर तीजे चौथे दिन तो ये बड़ा ही अजीब लगा पता नहीं की गल होई है कि जिहड़ा उहने ये स्टैप चुक्या सो वीरो असी मैं भारतीय जनता पार्टी के नाल जिन्ना चिर मेरी जिंदगी है मैं भारतीय जनता नाल ही रहूंगा और चलो किसी की अपनी लाइफ है बच्चों की लाइफ है वो की सोचता की करता जवान ने बच्चे बाल बच्चेदार ने उन्हें अपना नफा नुकसान फायदा सोचना कि इन्हें की सोचा की नहीं सोचा तो आप अपनी सोच है मेरी सोच जी पहले मैं जनसंघ दे जिले लोगों मैं जनसंघ दे वो लोग चले गए जिस तरह हुंदे सन मरगई जी सन उनके नाल हुंदे सी मनमोहन कालिया जी ते लीडर सन साडे बाकी गणपत जी सीगे हुंदे सन गणपत जी लाल सबरवाल अपने बस्ती जगदीश वेदामल कपूर वेदामल कपूर ये सारे लोग उस जमाने साडे नाल सन कि जदों कोई सानू नहीं सी हुंदा कि साडी कोई सरकार बननी है सानू सी कदी हुंदा कि भाई असी कोई मैंबर बनांगे या MLA बनांगे इन्ना ही हुंदा सी कि भाई असी इस पार्टी नूं अगे लिआउणा इहदे वास्ते कम करना करदे रहे तो अगे आ के हुण पार्टियां होर आ गईआं तां मैनूं पता लगा सी मैं दस्सिआ कालिया जी नूं दस्सिआ भंडारी जी नूं दस्सिआ कि इह कम जिहड़ा हो रहा आवे इन्हें मैंने कहा टैलीफोन करो टैलीफोन मिले नहीं वो चंडीगढ़ चले गए तो सो
ਸੋ ਮਿੱਤਰੋ ਅਸੀਂ ਇਹੋ ਹੀ ਆ ਕਿ ਮੈਂ ਤਾਂ ਭਾਰਤੀ ਜਨਤਾ ਪਾਰਟੀ ਨਾਲ ਔਰ ਜਿਹੜੀ 97 ਦੇ ਵਿੱਚ ਮੈਂ ਪਹਿਲਾ ਇਲੈਕਸ਼ਨ ਲੜਿਆ ਉਹਦੇ ਵਿੱਚ ਮੇਰੀ ਬਰਾਦਰੀ ਨੇ ਬਹੁਤ ਸਾਥ ਦਿੱਤਾ 100% ਵੋਟਾਂ ਮੈਨੂੰ ਪਈਆਂ ਔਰ ਇਹ ਨਹੀਂ ਕਿ ਮੇਰੀ ਬਰਾਦਰੀ ਨੇ ਜਿਹੜੇ ਲੋਕ ਸਨ ਨਾ ਬਸਤੀਆਂ ਦੇ ਮੇਰਾ ਬੜਾ ਕਿਉਂਕਿ ਮੈਂ ਵੀ ਸਪੋਰਟ ਦਾ ਕੰਮ ਕਰਦਾ ਸੀ ਇਸ ਇਲਾਕੇ ਦੇ ਲੋਕ ਬਹੁਤ ਸਪੋਰਟ ਦਾ ਕੰਮ ਕਰਦੇ ਸੀ ਸੱਚੀ ਗੱਲ ਦਾ ਕੰਮ ਕਰਦੇ ਸੀ ਇਸ ਇਲਾਕੇ ਦੇ ਉਹਨਾਂ ਲੋਕਾਂ ਨੇ ਮੈਨੂੰ ਬੜਾ ਭਰਪੂਰ ਮੇਰੀ ਮਦਦ ਕੀਤੀ ਮੈਂ ਜਿੱਤ ਗਿਆ ਪਹਿਲੀ ਵਾਰੀ ਕਾਂਗਰਸ ਕੋਲੋਂ ਅਗਰ ਸੀਟ ਜਿੱਤੀ ਗਈ ਤਾਂ ਪਹਿਲੀ ਵਾਰੀ 97 ਦੇ ਵਿੱਚ ਅਸੀਂ ਜਿੱਤੀ ਪਾਰਟੀ ਨੇ ਤੋ ਉਸ ਤੋਂ ਲੈ ਕੇ ਕੰਮ ਕਰਦੇ ਰਹੇ ਫਿਰ ਮੈਂ ਆਖਰੀ ਇਲੈਕਸ਼ਨ ਜਿਹੜਾ 80 ਸਾਲ ਦੀ ਉਮਰ ਦੇ ਵਿੱਚ ਲਾਸਟ ਇਲੈਕਸ਼ਨ ਜਿਹੜਾ ਨਾ ਜਿਹੜਾ ਹੋਇਆ ਆਪਣੇ 12-17 'ਚ ਉਹ ਮੈਂ ਲੜਿਆ ਜਿੱਤ ਗਿਆ 80 ਸਾਲ ਦੀ ਉਮਰ ਸੀ ਉਦੋਂ ਮੈਨੂੰ ਤੋ ਪਾਰਟੀ ਨਾਲ ਹੀ ਰਹੇ ਅੱਜ ਤੱਕ ਪਾਰਟੀ ਨਾਲ ਰਹੇ ਹਾਂ ਹੁਣ ਪਤਾ ਨਹੀਂ ਕਿ ਉਹ ਲੋਕ ਜਿਹੜੇ ਨੇ ਝਾੜੂ ਵਾਲੇ ਕੀ ਲੋਕਾਂ ਨੂੰ ਕਹਿੰਦੇ ਨੇ ਕੀ ਨਹੀਂ ਕਹਿੰਦੇ ਉਹ ਇਸੇ ਕੰਮ ਹੀ ਲੱਗੇ ਨੇ ਜਿਹੜਾ ਬੰਦਾ ਉਹਨਾਂ ਦੇ ਆਪਣੇ ਕੋਈ ਬੰਦੇ ਜਾ ਜਾਂਦਾ ਜਾਂ ਉਹਨਾਂ ਦੀਆਂ ਗੱਲਾਂ ਜਾ ਜਾਂਦਾ ਉਹ ਬੰਦਾ ਜਿਹੜਾ ਫਿਰ ਨਹੀਂ ਤਾਂ ਇਹ ਬੰਦਾ ਜਿਹੜਾ ਕਿਸੇ ਬੰਦੇ ਜਾਣ ਵਾਲਾ ਨਹੀਂ ਸੀ ਕੋਈ ਜਾਣ ਵਾਲਾ ਨਹੀਂ ਸੀ ਹੁਣ ਇਹ ਬੜੀ ਇੱਕ ਨਾ ਸਮਝੀ ਜਿਹੀ ਗੱਲ ਹੈ ਕਿ ਜੋ ਕੁਛ ਹੋ ਗਿਆ ਤੋ ਅਗਰ ਆਪਣੇ ਐਨ ਸਾਥੀਆਂ ਨਾਲ ਸਲਾਹ ਕਰ ਲੈਂਦਾ ਗੱਲ ਪੁੱਛ ਲੈਂਦਾ ਕੁਝ ਕਰ ਲੈਂਦਾ ਤਾਂ ਗੱਲ ਚੰਗੀ ਸੀ ਉਹਨੇ ਪੁੱਛਿਆ ਵੀ ਨਹੀਂ ਇਹਨਾਂ ਲੋਕਾਂ ਨੂੰ ਤਾਂ ਕਿਹਨੂੰ ਪੁੱਛਿਆ ਕਿਹਨੂੰ ਨਹੀਂ ਪੁੱਛਿਆ ਮੈਨੂੰ ਨਹੀਂ ਪਤਾ ਮੈਨੂੰ ਪਤਾ ਲੱਗਾ ਮੇਰਾ ਬੇਟਾ ਹੈ ਆਪਣਾ ਛੋਟਾ ਉਸ ਤੋਂ ਛੋਟਾ ਉਹ ਫੈਕਟਰੀ ਕੰਮ ਕਰਦਾ ਉਹ ਫੈਕਟਰੀ ਕਿਤੇ ਗਿਆ ਵੇ ਉਹਦੇ ਨਾਲ ਉੱਥੇ ਉਹਨੇ ਗੱਲ ਕੀਤੀ ਮੈਂ ਨਹੀਂ ਪੁੱਛਿਆ ਮੈਂ ਫਿਰ ਪੁੱਛਿਆ ਉਹਨੂੰ ਆਪਣੇ ਛੋਟੇ ਨੂੰ ਕਿ ਪੁੱਤਰ ਤੇ ਆਇਆ ਸੀ ਕਹਿੰਦਾ ਆਇਆ ਸੀ ਮੈਂ ਗੱਲ ਕਰਦਾ ਸੀ ਕਹਿੰਦਾ ਕੀਤੀ ਸੀ ਉਹਦੇ ਕੋਲ ਲੱਗਾ ਪਤਾ ਮੈਨੂੰ ਮੈਂ ਨਹੀਂ ਦੱਸਿਆ ਸਵੇਰੇ ਭੰਡਾਰੀ ਜੀ ਨੂੰ ਦੱਸਿਆ ਤੋ ਸੋਏ ਸਾਥੀਓ ਕਿ ਬਾਕੀ ਜਿਹੜੀ ਮੇਰੀ ਬਰਾਦਰੀ ਆ ਉਹ ਮੇਰੀ ਸਹੁੰ ਨਹੀਂ ਖਾਂਦੀ ਇਹ ਨਹੀਂ ਕਿ ਭਾਰਗੋ ਕੈਂਪ ਗਾਂਧੀ ਕੈਂਪ ਜੰਮੂ ਕਸ਼ਮੀਰ ਉੱਥੇ ਭਾਰਤੀ ਜਨਤਾ ਪਾਰਟੀ ਅੱਜ ਉੱਥੇ ਕਹਿੰਦੇ ਇੰਨਾ ਜ਼ੋਰ ਹੈ ਭਾਰਤੀ ਜਨਤਾ ਪਾਰਟੀ ਦਾ ਔਰ ਸਾਰੀ ਬਰਾਦਰੀ ਬੈਠੀ ਆਪਣੀ ਉੱਥੇ ਉਹ ਸਾਰੀ ਬਰਾਦਰੀ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਨਾਲ ਹੈ ਔਰ ਉੱਥੇ ਸਾਰੀਆਂ ਸੀਟਾਂ ਜਿੱਤਣ 6 ਸੀਟਾਂ ਮੈਂ ਗਿਆ ਸੀ ਪਿਛਲੀ ਵਾਰ ਇਲੈਕਸ਼ਨ 'ਤੇ ਗਿਆ ਸੀ ਮੇਰੀ ਡਿਊਟੀ ਲੱਗੀ ਸੀ ਉਹ ਕਹਿੰਦੇ ਹਨ ਕਿ ਉਹਨਾਂ ਨੂੰ ਬੁਲਾਓ ਮੈਂ ਫਿਰ ਗਿਆ ਸੀ ਉੱਥੇ ਗਿਆ ਤਾਂ ਉੱਥੇ ਸਾਰੀਆਂ ਸੀਟਾਂ ਅਸੀਂ MLA ਦੀਆਂ ਜਿੱਤੀਆਂ 6 ਸੀਟਾਂ ਅਸੀਂ ਜਿੱਤੀਆਂ ਜਿਹੜੀਆਂ ਸਨ ਨਾ SC ਸੀਟਾਂ ਉਹ 6 ਸੀਟਾਂ ਜਿੱਤੀਆਂ ਸੀ ਤਾਂ ਉੱਥੇ ਸਾਰਾ ਇੰਨਾ ਪ੍ਰਭਾਵ ਹੈ ਅੱਜ ਵੀ ਉਹ ਮੇਰੀ ਸਹੁੰ ਨਹੀਂ ਖਾਂਦੇ ਜੰਮੂ ਕਸ਼ਮੀਰ ਵਾਲੇ ਜਿੰਨੇ ਲੋਕ ਆਪਣੇ ਬੈਠੇ ਨੇ ਅੱਜ ਵੀ ਉਹ ਹਾਲ ਹੈ ਹਾਂਜੀ ਕਿ ਕੋਈ ਵੀ ਆਪਣਾ ਕੰਮ ਕਰਨ ਵਾਸਤੇ ਆਪਣੀ ਕਲਾ ਜਿਹੜੀ ਕਰਦਾ ਹੀ ਕਰਦਾ ਪਤਾ ਨਹੀਂ ਮੈਨੂੰ ਤਾਂ ਪਤਾ ਕੋਈ ਮੇਰੇ ਨਾਲ ਸਾਹਮਣੇ ਤਾਂ ਕੋਈ ਗੱਲ ਨਹੀਂ ਹੋਈ ਜੇ ਮੈਂ ਵਿੱਚ ਹੁੰਦਾ ਫਿਰ ਗੱਲ ਹੋਰ ਹੁੰਦੀ ਕਿਉਂਕਿ ਮੇਰਾ ਤਜਰਬਾ ਹੀ ਮੇਰਾ 60 ਸਾਲ ਦਾ ਤਜਰਬਾ ਹੀ ਮੈਂ ਵਿੱਚ ਹੁੰਦਾ ਮੈਂ ਥੋੜ੍ਹਾ ਬਗੜਾਇਆ ਜਾ ਸਕਦਾ ਸੀ ਜਾਂ ਮੈਂ ਇਹ ਕੁਝ ਕਰ ਦੇਣਾ ਸੀ ਲੇਕਿਨ ਉਹ ਲੰਬੇ ਆਪਣੇ ਪਤਾ ਨਹੀਂ ਕਿੱਥੇ ਬੈਠੇ ਕਿਹਦੇ ਕੋਲ ਬੈਠੇ ਕਿਹੜੇ ਉਹਦੇ ਸਾਥੀ ਸਨ ਕੀ ਹੋਇਆ ਕੀ ਨਾ ਹੋਇਆ ਮੈਨੂੰ ਨਹੀਂ ਪਤਾ ਹਾਂ ਬਿਲਕੁਲ ਬੇਟਾ ਉਹਦੀ ਮਰਜ਼ੀ ਉਸਦੀ ਮਰਜ਼ੀ ਭਾਵਨਾ ਰੋ ਰਹੇ ਆ ਸੈਂਟੀਮੈਂਟਸ ਹਨ ਉਹਦੇ ਸਾਲ ਦੀ ਮੇਰੀ ਸੇਵਾ ਜਿਹੜੀ ਹੈਗੀ ਆ ਪਾਰਟੀ ਦੀ ਹੈਗੀ ਆ ਔਰ ਆਪਣੇ ਤਜਰਬਾ ਦੱਸਿਆ ਉਹਨਾਂ ਨੇ ਕਿੱਦਾਂ ਕਿੱਦਾਂ ਬਣਿਆ ਸਫੀਸ਼ੈਂਟ ਹੈ ਯਾਰ ਉਹ ਮਤਲਬ ਅੰਦਰ ਰੋ ਰਹੇ ਹੈਗੇ ਘਰ ਸਵੇਰ ਵੀ ਰੋਏ ਹੈਗੇ
ਮੈਨੂੰ ਰੋਣਾ ਸੁਝਾ ਗਿਆ ਸਾਨੂੰ ਰੋਣਾ ਆਇਆ ਸਾਡੇ ਲੀਡਰ ਹੈ ਬੰਦੇ ਬੀਜੇਪੀ ਦੇ ਨਾਲ ਖੜੇ ਆ ਔਰ ਇਹ ਸਾਰਿਆਂ ਨੂੰ ਅਪੀਲ ਕਰਦੇ ਗਏ ਕਿ ਬੀਜੇਪੀ ਨੂੰ ਵੋਟ ਪਾਉਣੀ ਗਏ ਬਸ ਇਹਨਾਂ ਭਗਤ ਜੀ ਵੱਲੋਂ ਇਹ ਅਪੀਲ ਹੈਗੀ ਸਾਰੇ ਜਿਹੜੇ ਆਪਣੇ ਭਗਤ ਬਰਾਦਰੀ ਜਾਂ ਸਮਾਜ ਦੇ ਤੁਸੀਂ ਕਹਦੇ ਭਗਤ ਜੀ ਕਹਦੇ ਕੋਈ ਜਿਹੜੇ ਭਗਤ ਬਰਾਦਰੀ ਮੈਂ ਪੜ੍ਹਦੇ ਕਿਉਂਕਿ ਕਾਲੀ ਬਰਾਦਰੀ ਜਿਹੜੀ ਹੈ ਨਾ ਮੇਰੀ ਉਹ ਮੈਂ ਉਹਨੂੰ ਅਪੀਲ ਕਰਨਾ ਕਿ ਵੋਟ ਜਿਹੜੀ ਹੈ ਨਾ ਤੁਸੀਂ ਪਹਿਲਾਂ ਵੀ ਭਾਰਤੀ ਜਨਤਾ ਪਾਰਟੀ ਮੰਨਦੇ ਰਹੇ ਹੋ ਹੁਣ ਵੀ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਜਿਹੜੀਆਂ ਪਾਓ ਆਉਣਗੀਆਂ ਵੋਟਾਂ ਅਤੇ ਸੋ ਇਹ ਕਿ ਕਿਉਂਕਿ ਅਸੀਂ ਹੁਣ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਹਾਂ ਅਸੀਂ ਜੁੜਿਆ ਰਹਿਣਾ ਤੋ ਆਪਣੀ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਤੁਹਾਡੇ ਨਾਲ ਜੁੜੀ ਹੈ ਜੁੜੇ ਰਹੋ ਠੀਕ ਹੈ ਭਾਅ ਜੀ ਥੈਂਕ ਯੂ ਧੰਨਵਾਦ ਜੀ ਥੈਂਕ ਯੂ ਬਹੁਤ ਆ